ਬਾਲੀਵੁੱਡ ਦੀ ਪਸੰਦੀਦਾ ਜੋੜੀ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ ਲਗਾਤਾਰ ਦੁਨੀਆ ਨੂੰ ਆਪਣੇ ਪਿਆਰ ਦਾ ਜਲਵਾ ਦਿਖਾ ਰਹੇ ਨੇ, ਭਾਵੇਂ ਇਹ ਸਮਾਗਮਾਂ, ਪਾਰਟੀਆਂ ਜਾਂ ਡੇਟਸ ਦੇ ਰੂਪ ਦੇ ਵਿੱਚ ਹੋਵੇ। 2 ਸਾਲ ਤੋਂ ਵੱਧ ਡੇਟਿੰਗ ਕਰਨ ਤੋਂ ਬਾਅਦ ਇਹ ਜੋੜਾ ਹੁਣ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੇ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ 22 ਫਰਵਰੀ 2024 ਨੂੰ ਗੋਆ ਦੇ ਵਿੱਚ 7 ਫੇਰੇ ਲੈਣਗੇ। ਆਪਣੇ ਆਉਣ ਵਾਲੇ ਵਿਆਹ ਦੀਆਂ ਅਟਕਲਾਂ ਦੇ ਵਿਚਕਾਰ ਜੋੜੇ ਨੇ ਹਾਲ ਵਿੱਚ ਮੁੰਬਈ ਦੇ ਰਾਮ ਮੰਦਿਰ ਦਾ ਦੌਰਾ ਕੀਤਾ। ਜੈਕੀ ਬਗਨਾਨੀ ਨੇ ਇੰਸਟਾਗ੍ਰਾਮ ਤੇ ਰਕੁਲਪ੍ਰੀਤ ਸਿੰਘ ਦੇ ਨਾਲ ਰਾਮ ਮੰਦਿਰ ਮੂਰਤੀ ਰੱਥ ਦੀ ਯਾਤਰਾ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ। ਇਸ ਦੌਰਾਨ ਦੋਹਾਂ ਨੇ ਭਗਵਾਨ ਰਾਮ ਨੂੰ ਅਰਦਾਸ ਕੀਤੀ ਤੇ ਉਹਨਾਂ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਫੈਨਸ ਤੇ ਫਾਲੋਅਰਸ ਨੇ ਵਿਆਹ ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਦੱਸ ਦਈਏ ਕਿ ਜੈਕੀ ਬਗਨਾਨੀ ਇਸ ਸਮੇਂ ਕਈ ਫਿਲਮਾਂ ਵਿੱਚ ਰੁੱਝੇ ਹੋਏ ਨੇ, ਜਿਨ੍ਹਾਂ 'ਚ ਬੜੇ ਮੀਆਂ ਛੋਟੇ ਮੀਆਂ ਤੇ ਸ਼ਾਹਿਦ ਕਪੂਰ ਦੇ ਨਾਲ ਇੱਕ ਫਿਲਮ ਸ਼ਾਮਿਲ ਹੈ। ਦੂਜੇ ਪਾਸੇ ਰਕੁਲਪ੍ਰੀਤ ਕੌਰ ਆਉਣ ਵਾਲੀਆਂ ਫਿਲਮਾਂ ਦੀ ਇੱਕ ਵੱਡੀ ਸੂਚੀ ਹੈ, ਜਿਸ ਵਿੱਚ ਉਹ ਕਮਲ ਹਾਸਨ, ਅਜੇ ਦੇਵਗਨ ਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ। ਬਾਲੀਵੁੱਡ ਦੀ ਪਸੰਦੀਦਾ ਜੋੜੀ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ ਲਗਾਤਾਰ ਦੁਨੀਆ ਨੂੰ ਆਪਣੇ ਪਿਆਰ ਦਾ ਜਲਵਾ ਦਿਖਾ ਰਹੇ ਨੇ, ਭਾਵੇਂ ਇਹ ਸਮਾਗਮਾਂ, ਪਾਰਟੀਆਂ ਜਾਂ ਡੇਟਸ ਦੇ ਰੂਪ ਦੇ ਵਿੱਚ ਹੋਵੇ। 2 ਸਾਲ ਤੋਂ ਵੱਧ ਡੇਟਿੰਗ ਕਰਨ ਤੋਂ ਬਾਅਦ ਇਹ ਜੋੜਾ ਹੁਣ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੇ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ 22 ਫਰਵਰੀ 2024 ਨੂੰ ਗੋਆ ਦੇ ਵਿੱਚ 7 ਫੇਰੇ ਲੈਣਗੇ। ਆਪਣੇ ਆਉਣ ਵਾਲੇ ਵਿਆਹ ਦੀਆਂ ਅਟਕਲਾਂ ਦੇ ਵਿਚਕਾਰ ਜੋੜੇ ਨੇ ਹਾਲ ਵਿੱਚ ਮੁੰਬਈ ਦੇ ਰਾਮ ਮੰਦਿਰ ਦਾ ਦੌਰਾ ਕੀਤਾ। ਜੈਕੀ ਬਗਨਾਨੀ ਨੇ ਇੰਸਟਾਗ੍ਰਾਮ ਤੇ ਰਕੁਲਪ੍ਰੀਤ ਸਿੰਘ ਦੇ ਨਾਲ ਰਾਮ ਮੰਦਿਰ ਮੂਰਤੀ ਰੱਥ ਦੀ ਯਾਤਰਾ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ। ਇਸ ਦੌਰਾਨ ਦੋਹਾਂ ਨੇ ਭਗਵਾਨ ਰਾਮ ਨੂੰ ਅਰਦਾਸ ਕੀਤੀ ਤੇ ਉਹਨਾਂ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਫੈਨਸ ਤੇ ਫਾਲੋਅਰਸ ਨੇ ਵਿਆਹ ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਦੱਸ ਦਈਏ ਕਿ ਜੈਕੀ ਬਗਨਾਨੀ ਇਸ ਸਮੇਂ ਕਈ ਫਿਲਮਾਂ ਵਿੱਚ ਰੁੱਝੇ ਹੋਏ ਨੇ, ਜਿਨ੍ਹਾਂ 'ਚ ਬੜੇ ਮੀਆਂ ਛੋਟੇ ਮੀਆਂ ਤੇ ਸ਼ਾਹਿਦ ਕਪੂਰ ਦੇ ਨਾਲ ਇੱਕ ਫਿਲਮ ਸ਼ਾਮਿਲ ਹੈ। ਦੂਜੇ ਪਾਸੇ ਰਕੁਲਪ੍ਰੀਤ ਕੌਰ ਆਉਣ ਵਾਲੀਆਂ ਫਿਲਮਾਂ ਦੀ ਇੱਕ ਵੱਡੀ ਸੂਚੀ ਹੈ, ਜਿਸ ਵਿੱਚ ਉਹ ਕਮਲ ਹਾਸਨ, ਅਜੇ ਦੇਵਗਨ ਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ। ਬਾਲੀਵੁੱਡ ਦੀ ਪਸੰਦੀਦਾ ਜੋੜੀ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ ਲਗਾਤਾਰ ਦੁਨੀਆ ਨੂੰ ਆਪਣੇ ਪਿਆਰ ਦਾ ਜਲਵਾ ਦਿਖਾ ਰਹੇ ਨੇ, ਭਾਵੇਂ ਇਹ ਸਮਾਗਮਾਂ, ਪਾਰਟੀਆਂ ਜਾਂ ਡੇਟਸ ਦੇ ਰੂਪ ਦੇ ਵਿੱਚ ਹੋਵੇ। 2 ਸਾਲ ਤੋਂ ਵੱਧ ਡੇਟਿੰਗ ਕਰਨ ਤੋਂ ਬਾਅਦ ਇਹ ਜੋੜਾ ਹੁਣ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੇ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਕੁਲਪ੍ਰੀਤ ਸਿੰਘ ਤੇ ਜੈਕੀ ਬਗਨਾਨੀ 22 ਫਰਵਰੀ 2024 ਨੂੰ ਗੋਆ ਦੇ ਵਿੱਚ 7 ਫੇਰੇ ਲੈਣਗੇ। ਆਪਣੇ ਆਉਣ ਵਾਲੇ ਵਿਆਹ ਦੀਆਂ ਅਟਕਲਾਂ ਦੇ ਵਿਚਕਾਰ ਜੋੜੇ ਨੇ ਹਾਲ ਵਿੱਚ ਮੁੰਬਈ ਦੇ ਰਾਮ ਮੰਦਿਰ ਦਾ ਦੌਰਾ ਕੀਤਾ। ਜੈਕੀ ਬਗਨਾਨੀ ਨੇ ਇੰਸਟਾਗ੍ਰਾਮ ਤੇ ਰਕੁਲਪ੍ਰੀਤ ਸਿੰਘ ਦੇ ਨਾਲ ਰਾਮ ਮੰਦਿਰ ਮੂਰਤੀ ਰੱਥ ਦੀ ਯਾਤਰਾ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ। ਇਸ ਦੌਰਾਨ ਦੋਹਾਂ ਨੇ ਭਗਵਾਨ ਰਾਮ ਨੂੰ ਅਰਦਾਸ ਕੀਤੀ ਤੇ ਉਹਨਾਂ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਫੈਨਸ ਤੇ ਫਾਲੋਅਰਸ ਨੇ ਵਿਆਹ ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਦੱਸ ਦਈਏ ਕਿ ਜੈਕੀ ਬਗਨਾਨੀ ਇਸ ਸਮੇਂ ਕਈ ਫਿਲਮਾਂ ਵਿੱਚ ਰੁੱਝੇ ਹੋਏ ਨੇ, ਜਿਨ੍ਹਾਂ 'ਚ ਬੜੇ ਮੀਆਂ ਛੋਟੇ ਮੀਆਂ ਤੇ ਸ਼ਾਹਿਦ ਕਪੂਰ ਦੇ ਨਾਲ ਇੱਕ ਫਿਲਮ ਸ਼ਾਮਿਲ ਹੈ। ਦੂਜੇ ਪਾਸੇ ਰਕੁਲਪ੍ਰੀਤ ਕੌਰ ਆਉਣ ਵਾਲੀਆਂ ਫਿਲਮਾਂ ਦੀ ਇੱਕ ਵੱਡੀ ਸੂਚੀ ਹੈ, ਜਿਸ ਵਿੱਚ ਉਹ ਕਮਲ ਹਾਸਨ, ਅਜੇ ਦੇਵਗਨ ਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ।